ਸਭ ਤੋਂ ਪਹਿਲੇ ਤਾਂ ਮੈਂ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਸਾਡੇ ਬਜਟ ਮਨਿਸਟਰ ਸਰਦਾਰ ਹਰਪਾਲ ਚੀਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਇਸ ਵਾਰ ਜਿਹੜਾ ਬਜਟ ਹੈ ਉਹ 2 ਲੱਖ ਕਰੋੜ ਦੇ ਪਾਰ ਹੋਇਆ ਅਤੇ ਇਹਦੇ ਵਿੱਚ ਹਰੇਕ ਜਿਹੜੇ ਵਰਗ ਨੇ ਉਹਨਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਗਿਆ, ਭਾਵੇਂ ਕਿਸਾਨ ਹੋਣ, ਭਾਵੇਂ ਨੌਜਵਾਨ ਪੀੜ੍ਹੀ ਹੋਵੇ, ਭਾਵੇਂ ਕੋਈ ਸਰਕਾਰੀ ਨੌਕਰੀ ਕਰਦਾ ਹੋਵੇ, ਭਾਵੇਂ ਔਰਤਾਂ ਹੋਣ, ਅਤੇ ਹਰੇਕ ਦੇ ਜਿਹੜੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਇਸ ਬਜਟ ਨੂੰ ਪੇਸ਼ ਕੀਤਾ ਗਿਆ। ਦੇਖੋ, ਮਾਨ ਸਰਕਾਰ ਵੱਲੋਂ ਸਾਡੇ CM ਭਗਵੰਤ ਮਾਨ ਜੀ ਵੱਲੋਂ ਜਿਹੜੀਆਂ ਨੇ ਗਰੰਟੀਆਂ ਦਿੱਤੀਆਂ ਗਈਆਂ ਸੀ ਤਾਂ ਉਹਨਾਂ ਗਰੰਟੀਆਂ ਉੱਤੇ ਜਿਹੜਾ ਇਹ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਬਿਜਲੀ ਦੀ ਗਰੰਟੀ ਨੂੰ ਪੂਰਾ ਕਰ ਦਿੱਤਾ ਗਿਆ। ਜੇ ਮੈਂ ਸਵਸਥਿਆ ਦੀ ਗੱਲ ਕਰਾਂ ਤਾਂ ਮੁਹੱਲਾ ਕਲੀਨਿਕ ਖੋਲ੍ਹੇ ਗਏ ਨੇ, ਅਤੇ ਜੇ ਮੈਂ ਸਕੂਲਾਂ ਦੀ ਗੱਲ ਕਰਾਂ, ਐਜੂਕੇਸ਼ਨ ਦੀ ਗੱਲ ਕਰਾਂ ਤਾਂ ਸਕੂਲ ਆਫ ਐਮੀਨੈਂਸ ਦੇ ਖੇਤਰ ਦੇ ਵਿੱਚ ਵੀ ਸਰਕਾਰ ਵੱਲੋਂ ਬੜਾ ਵਧੀਆ ਕੰਮ ਕੀਤਾ ਜਾ ਰਿਹਾ। ਅਤੇ ਹੁਣ ਜਿਹੜੀ ਤੀਜੀ ਗਰੰਟੀ ਸੀ ਔਰਤਾਂ ਨੂੰ ਜਿਹੜੇ ਦੇ ਬਾਬਤ ਦਿੱਤੀ ਗਈ ਸੀ ਤਾਂ ਉਹਨੂੰ ਵੀ ਜਿਹੜਾ ਹੈ ਬਹੁਤ ਜਲਦ ਪੂਰਾ ਕਰ ਦਿੱਤਾ ਜਾਏਗਾ, ਤਾਂ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੇ ਬਜਟ ਦੇ ਵਿੱਚ ਔਰਤਾਂ ਵਾਸਤੇ ਵੀ ਪੇਸ਼ ਕੀਤਾ ਗਿਆ। ਬਿਲਕੁਲ ਜੀ, ਲੋਕਾਂ ਨੂੰ ਬਿਲਕੁਲ ਪਸੰਦ ਆਏਗਾ, ਕਿਉਂਕਿ ਮਾਨ ਸਰਕਾਰ ਦਾ ਸਿਰਫ ਇੱਕੋ ਹੀ ਟੀਚਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਅਤੇ ਪੰਜਾਬ ਦੇ ਜਿਹੜੇ ਵਿਕਾਸ ਵਾਸਤੇ ਲਗਾਤਾਰ ਕੰਮ ਕਰਦੇ ਰਹਿਣਾ। ਅੱਜ ਦਾ ਜੋ ਬਜਟ ਪੰਜਾਬ ਸਰਕਾਰ ਨੇ ਪੇਸ਼ ਕੀਤਾ ਹੈ ਸਿਰਫ ਕਿਸਾਨਾਂ ਅਤੇ ਮਜ਼ਦੂਰਾਂ ਲਈ ਗੋਂਗਲੂਆਂ ਤੋਂ ਮਿੱਟੀ ਝਾੜੀ ਆ, ਜਿਹੜਾ ਢੰਡੂਰਾ ਪੰਜਾਬ ਸਰਕਾਰ ਇਹ ਪਿੱਟਦੀ ਆ ਵੀ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਲੈ ਕੇ ਆਉਣੀ ਚਾਹੀਦੀ ਆ, ਉਸ ਦੇ ਲਈ ਇਹਨਾਂ ਨੇ ਕੋਈ ਰਕਮ ਨਹੀਂ ਰੱਖੀ ਹੋਈ। ਅਤੇ ਨਾਲ ਜਿਹੜੇ ਮਤਲਬ ਸਾਡੇ ਬਾਗ ਇੱਥੇ ਉੱਜੜ ਰਹੇ ਆ ਉਸ 'ਤੇ ਵੀ ਸਾਨੂੰ ਇਹ ਜਾਣਕਾਰੀ ਮਿਲੀ ਆ ਵੀ ਜਿੰਨੇ ਬਾਗਾਂ ਦੇ ਵਿੱਚ ਹਜੇ ਤੱਕ ਕਿੰਨੂ ਖੜ੍ਹੇ ਸੀ ਉਹ ਮਿਡ ਡੇ ਮੀਲ ਦੇ ਵਿੱਚ ਇਹਨਾਂ ਨੇ ਕਿੰਨੂ ਦੇਣੇ ਸੀਗੇ, ਉਹ ਹੋਰ ਮਤਲਬ ਉਹਦਾ ਦਾਇਰਾ ਵਧਾਉਣਾ ਚਾਹੀਦਾ ਸੀਗਾ, ਸਗੋਂ ਉਹ ਦੌਰਾ ਹੋਰ ਵਧਾਉਣ ਦੀ ਬਜਾਏ ਇਹਨਾਂ ਨੇ ਉਹ ਦੌਰਾ ਘਟਾ ਦਿੱਤਾ, ਅਤੇ ਜਿਸ ਦੇ ਨਾਲ ਸਾਡੇ ਬਾਗ ਵੀ ਉੱਜੜ ਰਹੇ ਆ। ਅਤੇ ਬਾਕੀ ਫਸਲਾਂ ਦੇ ਉੱਤੇ ਇਹਨਾਂ ਨੇ ਇੱਕ ਵੱਡਾ ਬਜਟ ਦਾ ਹਿੱਸਾ ਰੱਖਣਾ ਸੀ ਜਿਹਦੇ ਨਾਲ ਪੰਜਾਬ ਦੇ ਵਿੱਚ 23-24 ਫਸਲਾਂ ਦੇ ਉੱਤੇ ਜਿਹਦੇ 'ਤੇ ਸਰਕਾਰ ਹਰ ਸਾਲ MSP ਐਲਾਨ ਕਰਦੀ ਆ ਉਹ ਸਾਰੀਆਂ ਫਸਲਾਂ ਦੀ ਆ ਜਿਹੜੀ ਖਰੀਦ ਹੋਣੀ ਚਾਹੀਦੀ ਸੀ। ਅਤੇ ਨਾਲ ਬਜਟ ਦੇ ਵਿੱਚ ਇੱਕ ਹਿੱਸਾ ਇਹਨਾਂ ਨੇ ਨਵੀਂ ਖੇਤੀ ਨੀਤੀ ਬਣਾਉਣ ਦਾ ਜੋ ਵਾਅਦਾ ਕੀਤਾ ਸੀ ਉਹਦੇ ਲਈ ਰੱਖਣਾ ਚਾਹੀਦਾ ਸੀ, ਉਹ ਇਹਨਾਂ ਨੇ ਨਹੀਂ ਰੱਖਿਆ। ਨਹੀਂ, ਇਹਦੇ ਨਾਲ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਆ, ਇਹ ਤਾਂ ਸਗੋਂ ਜਿਹੜਾ ਕੋਈ ਮਾੜਾ ਮੋਟਾ ਇਹਨਾਂ ਨੇ ਦਿੱਤਾ ਵੋਟਾਂ ਦਾ ਸਮਾਂ ਹੈਗਾ, ਲੋਕ ਲੁਭਾਵਣਾ ਬਜਟ ਮਾੜਾ ਮੋਟਾ ਕਹਿ ਸਕਦੇ ਹਾਂ ਵੀ ਲੋਕ ਕਿਸੇ ਗੱਲ ਦੇ ਵਿੱਚ ਆ ਕੇ ਇਹਨਾਂ ਨੂੰ ਵੋਟਾਂ ਪਾ ਦੇਣ, ਵੈਸੇ ਇਸ ਬਜਟ 'ਚੋਂ ਕਿਸਾਨਾਂ ਮਜ਼ਦੂਰਾਂ ਦੇ ਲਈ ਕੁਛ ਵੀ ਨਿਕਲਣ ਵਾਲਾ ਹੈ ਨਹੀਂ। ਮੇਰਾ ਨਾਮ ਜਗਤਾਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਹਬੋਰ। ਮੇਰਾ ਨਾਮ ਦਿਲਕਰਨ ਸਿੰਘ ਆ ਅਤੇ ਮੈਂ ਪੰਜਾਬ ਸਟੂਡੈਂਟ ਯੂਨੀਅਨ 'ਚ ਕੰਮ ਕਰਦਾ ਅਤੇ MR ਸਰਕਾਰੀ ਕਾਲਜ ਦਾ ਵਿਦਿਆਰਥੀ ਹਾਂ। ਜਿਹੜਾ ਪੰਜਾਬ ਸਰਕਾਰ ਨੇ ਅੱਜ ਬਜਟ ਪੇਸ਼ ਕੀਤਾ ਉਹਦੇ 'ਚ ਹਾਇਰ ਐਜੂਕੇਸ਼ਨ ਲਈ ਬਹੁਤ ਘੱਟ ਜਿਹੜੀ ਰਾਸ਼ੀ ਹੈ ਉਹ ਜਾਰੀ ਕੀਤੀ ਹੈ, ਜਿਵੇਂ ਰੂਸਾ ਬਲਾਕ ਲਈ ਸਿਰਫ 8 ਕਰੋੜ ਰੁਪਈਆ ਜਿਹੜਾ ਇਹਨਾਂ ਨੇ ਜਾਰੀ ਕੀਤਾ। ਇੱਕ ਅਸੀਂ ਕਹਿੰਦੇ ਕਿ ਜਿਹੜੇ ਕੋਰਸ ਨੇ ਹੈਗੇ ਆ ਉਹਨੂੰ ਵੱਧ ਲੋੜ ਆ ਵੱਧ ਵਿਦਿਆਰਥੀ ਉਹਦੇ 'ਚ ਭਰਤੀ ਕਰਨ ਲਈ ਉਹਦੇ 'ਚ ਜਿਹੜੀ ਰਾਸ਼ੀ ਉਹ ਵੱਧ ਜਾਰੀ ਕਰਨੀ ਚਾਹੀਦੀ ਹੈ। ਇੱਕ ਜਿਹੜੀ ਇਹਨਾਂ PM ਜਿਹੜੀ ਮੁੱਖ ਮੰਤਰੀ ਵਜ਼ੀਫਾ ਸਕੀਮ ਆ ਜਰਨਲ ਅਤੇ BC ਵਿਦਿਆਰਥੀਆਂ ਲਈ ਉਹਦੇ ਲਈ ਸਿਰਫ 6 ਕਰੋੜ ਰੁਪਈਆ ਜਿਹੜਾ ਜਾਰੀ ਕੀਤਾ। ਅਸੀਂ ਕਹਿੰਦੇ ਜਿਹੜੇ ਪੰਜਾਬ 'ਚ ਐਸੇ ਬਹੁਤ ਸਾਰੇ ਜਰਨਲ ਅਤੇ BC ਵਿਦਿਆਰਥੀ ਇਹੋ ਜਿਹੇ ਆ ਜਿਹੜੇ ਆਰਥਿਕ ਤੌਰ 'ਤੇ ਪਛੜੇ ਹੋਏ ਆ ਅਤੇ ਗਰੀਬ ਹੈਗੇ ਆ ਅਤੇ ਵੱਧ ਇੰਨੀਆਂ ਮੋਟੀਆਂ ਮੋਟੀਆਂ ਕਾਲਜ ਵੱਲੋਂ ਜਿਹੜੀਆਂ ਫੀਸਾਂ ਮੰਗੀਆਂ ਜਾਂਦੀਆਂ ਉਹ ਫੀਸਾਂ ਨਹੀਂ ਭਰ ਸਕਦੇ। ਸਰਕਾਰ ਨੂੰ ਉਹਨਾਂ ਲਈ ਵੀ ਜਿਹੜਾ ਕਦਮ ਚੁੱਕਣ ਲਈ ਜਿਹੜੀ ਰਾਸ਼ੀ ਜਾਰੀ ਕੀਤੀ ਆ ਉਸ ਰਾਸ਼ੀ 'ਚ ਵੀ ਇਹਨਾਂ ਨੂੰ ਜਿਹੜਾ ਵਾਧਾ ਕਰਨਾ ਚਾਹੀਦਾ ਸਰਕਾਰ ਨੂੰ। ਅਤੇ ਦੂਜਾ ਹਾਇਰ ਐਜੂਕੇਸ਼ਨ ਲਈ ਇਹਨਾਂ ਨੇ ਬਹੁਤ ਘੱਟ ਕੀਤਾ, ਜਿਵੇਂ ਇਹਨਾਂ ਸੈਂਟਰੀ ਪੈਡਸ ਲਈ ਜਾਂ ਉਹ ਲਈ ਜਿਹੜੀ ਰਾਸ਼ੀ ਜਾਰੀ ਕੀਤੀ ਆ ਉਹ ਠੀਕ ਆ ਚਲੋ, ਬਾਕੀ ਜਿਹੜੀ ਕੁਆਲਿਟੀ ਆਫ ਐਜੂਕੇਸ਼ਨ ਆ ਅੱਜ ਵਿਦਿਆਰਥੀ
ਬਹੁਤ ਕੁਝ ਕਰਨ ਕੁਆਲਿਟੀ ਆਫ ਐਜੂਕੇਸ਼ਨ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਠੀਕ ਹੈ ਜੀ। ਵਿਦਿਆਰਥੀਆਂ ਦੇ ਹਿੱਤਾਂ ਲਈ ਹੁੰਦਾ ਤਾਂ ਵਿਦਿਆਰਥੀਆਂ ਦੇ ਕੁਝ ਹੋਰ ਡਿਮਾਂਡਸ ਵੇਖ ਕੇ ਇਹਨਾਂ ਨੂੰ ਬਜਟ 'ਚ ਕੁਝ ਚੀਜ਼ਾਂ ਲਿਆਉਣੀਆਂ ਚਾਹੀਦੀਆਂ ਸੀਗਾ। ਜਿਵੇਂ ਅਸੀਂ ਲਗਾਤਾਰ ਹਮੇਸ਼ਾ ਗੱਲ ਕਰਦੇ ਹਾਂ, ਅਸੀਂ PSU ਵੱਲੋਂ 23 ਨੂੰ ਇਕੱਠ ਵੀ ਕਰ ਰਹੇ ਹਾਂ, ਜੇ ਲੜਕੀਆਂ ਦੀ PhD ਪੜ੍ਹਾਈ ਹੈ ਜਿਹੜੀ ਉਹ ਮੁਫ਼ਤ ਹੋਣੀ ਚਾਹੀਦੀ ਆ। ਸਰਕਾਰ ਨੂੰ ਉਸ ਵੱਲ ਵੀ ਧਿਆਨ ਦੇਣਾ ਚਾਹੀਦਾ ਸੀਗਾ। ਬਲਕਿ ਜਿਹੜਾ ਨਵਜੋਤ ਸਿੱਧੂ ਦੀ ਜਦੋਂ ਸਰਕਾਰ ਸੀਗਾ, ਉਹਨਾਂ ਨੇ ਕਾਨੂੰਨ ਵੀ ਲਿਆਂਦਾ ਪਰ ਇਹ ਪਾਸ ਨਹੀਂ ਕੀਤਾ ਗਿਆ। ਸਰਕਾਰ ਨੂੰ ਇਸ ਵੱਲ ਵੇਖਣਾ ਚਾਹੀਦਾ ਸੀਗਾ ਜ਼ਰੂਰ।